ਸਤਿ ਸ਼੍ਰੀ ਅਕਾਲ। ਅਤੇ ਅੱਜ 9 ਤਰੀਕ ਹੋ ਗਈ ਅਤੇ 9 ਵਜੇ ਦਾ ਟਾਈਮ ਆ ਸਵੇਰ ਦਾ। ਅਤੇ ਕੱਲ੍ਹ ਅਸੀਂ ਪੁਸ਼ਕਰ ਜੀ ਨੂੰ ਮਿਲੇ ਸੀਗੇ ਜਿਨ੍ਹਾਂ ਨੇ ਸਾਈਕਲ ਦੇ ਉੱਤੇ ਵਰਲਡ ਟੂਰ ਕੀਤਾ ਬਿਲਕੁਲ, ਔਰ ਉਹ 11 ਸਾਲ ਸਾਈਕਲ ਦੇ ਉੱਤੇ ਰਹੇ, 11 ਸਾਲ ਬਾਅਦ ਹੀ ਘਰ ਆਏ। ਉਹਨਾਂ ਨੇ ਇੱਕ ਬੁੱਕ ਵੀ ਲਿਖੀ ਸੀਗੀ, ਉਹ ਅੱਗੇ ਅੱਗੇ ਉਹਦੇ ਬਾਰੇ ਗੱਲਾਂ ਵੀ ਕਰਦੇ ਰਹਾਂਗੇ। ਅੱਜ ਸ਼ਾਮ ਉਹਨਾਂ ਨੂੰ ਵੀ ਫਿਰ ਮਿਲਣਾ, ਉਹਨਾਂ ਦੇ ਫਰੈਂਡ ਨੇ ਕਮਲਜੀਤ ਜੀ, ਅਤੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ, ਉਹ ਈਵਨਿੰਗ 'ਚ ਉੱਥੇ ਜਾਵਾਂਗੇ। ਔਰ ਦੁਪਹਿਰ ਦੇ ਟਾਈਮ ਅਸੀਂ ਜਾਣਾ ਤਿਲ ਗੰਗਾ ਇੰਸਟੀਚਿਊਟ ਹੈਗਾ, ਅੱਖਾਂ ਦਾ ਹਸਪਤਾਲ ਹੈਗਾ, ਅਤੇ ਉੱਧਰ ਜਾਣਾ ਦੁਪਹਿਰੇ। ਹੁਣ ਅਸੀਂ ਤਿਆਰ ਹੋਣ ਲੱਗੇ ਹਾਂ, ਤਿਆਰ ਹੋ ਕੇ ਬ੍ਰੇਕਫਾਸਟ ਕਰਕੇ ਉਹਨਾਂ ਦੇ ਫੋਨ 'ਤੇ ਕੋਆਰਡੀਨੇਟ ਕਰਦੇ ਹਾਂ ਵੀ ਕਿੰਨੇ ਵਜੇ ਅਸੀਂ ਪਹੁੰਚੀਏ, ਫਿਰ ਸਾਈਕਲ ਵੀ ਰੈਡੀ ਕਰਨਾ, ਅਤੇ ਹੁਣ ਉੱਥੇ ਪਹੁੰਚਾਂਗੇ। ਅਤੇ ਇਹ ਅੱਜ ਦਾ ਸਾਡਾ ਸ਼ਡਿਊਲ ਹੈ, ਉਹਦੇ ਵਿੱਚ ਕੋਈ ਹੋਰ ਵੀ ਕੋਈ ਛੋਟੀ ਮੋਟਾ ਕੰਮ ਆ ਜਾਂਦਾ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ। ਫਿਲਹਾਲ ਮੋਟਾ ਮੋਟਾ ਇਹੀ ਆ, ਦੁਪਹਿਰ ਦੇ ਟਾਈਮ ਹੋਸਪਿਟਲ, ਅਤੇ ਸ਼ਾਮ ਨੂੰ ਕਮਲਜੀਤ ਜੀ ਨੇ ਬੁਲਾਇਆ, ਉਹਨਾਂ ਦੇ ਫਰੈਂਡ ਨੇ ਬੁਲਾਇਆ, ਉਹ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਰਹਿੰਦੇ ਨੇ, ਅਤੇ ਅੱਜ ਉਹਨਾਂ ਨੇ ਬੁਲਾਇਆ ਕਿ ਤੁਹਾਨੂੰ ਕੁਝ ਸਤਿਕਾਰ ਕੁਝ ਸਨਮਾਨ ਵਜੋਂ ਕੁਛ ਕਰਨਾ ਮਿਲਣਾ, ਸਾਰਿਆਂ ਨੇ ਗੱਲਾਂ ਬਾਤਾਂ ਕਰਨੀਆਂ ਨੇ, ਸ਼ਾਮ ਨੂੰ ਉਹਨਾਂ ਨੂੰ ਮਿਲਾਂਗੇ। ਅਤੇ ਤੁਹਾਨੂੰ ਯਾਦ ਹੋਣਾ ਵੀਡੀਓ 'ਚ ਕਿਹਾ ਸੀਗਾ ਕਿ ਕਦੇ ਤੁਹਾਡੇ ਬੂਟ ਗਿੱਲੇ ਹੋ ਜਾਣ ਤਾਂ ਉਹਨੂੰ ਸੁਕਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਹੈਗਾ, ਅਤੇ ਉਹ ਥੋੜ੍ਹਾ ਟਾਈਮ ਮਿਲਿਆ ਸੀ ਤੁਹਾਨੂੰ ਮੈਂ ਦੱਸਦਾ। ਜਦੋਂ ਵੀ ਤੁਹਾਡੇ ਬੂਟ ਗਿੱਲੇ ਹੋ ਜਾਣ ਨਾ, ਬੂਟ ਹੁੰਦੇ ਨੇ ਅੰਦਰੋਂ ਸਾਰੇ ਗਿੱਲੇ ਹੋ ਜਾਂਦੇ ਨੇ, ਅਤੇ ਇੱਕ ਨਿਊਜ਼ ਪੇਪਰ ਲੈਣਾ ਸੀ, ਅਖਬਾਰ, ਮੇਰੇ ਕੋਲ ਅਖਬਾਰ ਹੈ ਨਹੀਂ ਵੈਸੇ, ਮੈਂ ਕੱਪੜਾ ਹੈਗਾ ਉਹਨੂੰ ਚੰਗੀ ਤਰ੍ਹਾਂ ਉਹ 'ਚ ਤੁੰਨ ਦੇਣਾ ਪੂਰਾ, ਜਿੰਨਾ ਤੁਸੀਂ ਐਂ ਤੁੰਨ ਸਕਦੇ ਚੰਗੀ ਤਰ੍ਹਾਂ, ਅੰਦਰ ਤੁੰਨ ਦਿਓ, ਇੱਧਰ ਭਰ ਦਿਓ, ਪੂਰਾ ਉਹਨੂੰ ਭਰ ਦਿਓ। ਉਸ ਤੋਂ ਬਾਅਦ ਇਹਨੂੰ ਉੱਪਰ ਅਖਬਾਰ ਦੇ ਨਾਲ ਕਵਰ ਕਰਕੇ ਉਹਨੂੰ ਰੱਖ ਦਿਓ, ਸਵੇਰ ਤੱਕ ਸਾਰਾ ਮੋਇਸਚਰ ਜਿਹੜਾ ਹੈਗਾ ਉਹ ਅਖਬਾਰ ਨੇ ਖਿੱਚ ਲੈਣਾ ਇਹਦਾ, ਕਿਉਂਕਿ ਇਹ ਮੈਂ ਕਰਿਆ ਸੀਗਾ, ਬੜਾ ਹੀ ਕਾਰਗਰ ਰਿਹਾ। ਮਤਲਬ ਜਿਹਨੂੰ ਤੁਸੀਂ ਪਾ ਵੀ ਨਹੀਂ ਸਕਦੇ, ਇੰਨੇ ਗਿੱਲੇ ਬੂਟ ਹੁੰਦੇ ਨੇ, ਉਹ ਜਮ੍ਹਾਂ ਹੀ ਸੁੱਕ ਜਾਂਦੇ ਨੇ, ਅਤੇ ਤੁਹਾਨੂੰ ਮਹਿਸੂਸ ਵੀ ਨਹੀਂ ਹੋਊਗਾ ਵੀ ਇਹ ਕਦੇ ਗਿੱਲੇ ਸੀ। ਇਹੋ ਜਿਹੀਆਂ ਕੋਈ ਕੰਮ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ, ਜਿਵੇਂ ਜਿਵੇਂ ਮੈਨੂੰ ਵੀ ਮਹਿਸੂਸ ਹੋਊਗਾ ਯਾਰ ਆਹ ਚੀਜ਼ ਜ਼ਰੂਰੀ ਆ ਤੁਹਾਡੇ ਨਾਲ ਸ਼ੇਅਰ ਕਰਨੀ। ਮੈਂ ਡਾਕਟਰ ਬੀਨੂ ਚੌਧਰੀ ਹੂੰ, ਮੈਂ ਨੇਪਾਲ ਮੇਂ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਾਸਪਿਟਲ ਕੇ ਆਂਖ ਡਿਪਾਰਟਮੈਂਟ ਮੇਂ, ਆਖਾਂ ਵਿਭਾਗ ਮੇਂ ਮੈਂ ਕੋਰਨੀਆ ਸਪੈਸ਼ਲਿਸਟ ਕੇ ਰੂਪ ਮੇਂ ਕੰਮ ਕਰਦੀ ਹੂੰ। ਤੋ ਆਜ ਮੈਂ ਯਹਾਂ ਪੇ ਜਤਿੰਦਰ ਸਿੰਘ ਜੀ ਔਰ ਇਹ ਵੀ ਜਤਿੰਦਰ ਸਿੰਘ ਜੀ ਕੋ ਮੈਂ ਵੈਲਕਮ ਕਰਨਾ ਚਾਹਤੀ ਹੂੰ। ਉਹ ਨੇਪਾਲ ਮੇਂ ਦੋਨੋਂ ਹੀ ਕਾਠਮਾਂਡੂ ਆਏ ਹੈ ਸਾਈਕਲ ਸੇ, ਐਂਡ ਉਨਕਾ ਮੇਨ ਮਿਸ਼ਨ ਔਰਗਨ ਡੋਨੇਸ਼ਨ ਔਰ ਉਸਮੇ ਕੋਰਨੀਆ ਡੋਨੇਸ਼ਨ। ਸੋ ਮੈਂ ਇੱਕ ਕੋਰਨੀਆ ਸਪੈਸ਼ਲਿਸਟ ਹੂੰ, ਇਸਕੀ ਵਜਹ ਸੇ ਮੈਂ ਇਸ ਚੀਜ਼ ਕੀ ਵਜਹ ਸੇ ਬਹੁਤ ਖੁਸ਼ ਹੂੰ, ਕਿਉਂਕਿ ਮੁਝੇ ਬਹੁਤ ਮੇਰੇ ਪੇਸ਼ੈਂਟ ਰਹਿਤੇ ਹੈ ਜਿਸਮੇ ਉਨਕੋ ਕੋਰਨੀਆ ਕਾ ਵੋ ਅੰਧੋਪਨ ਰਹਿਤਾ ਹੈ, ਮਤਲਬ ਅੰਧੋਪਨ ਜਿਸਕੀ ਮਤਲਬ ਕੋਰਨੀਅਲ ਬਲਾਈਂਡਨੈਸ ਜੋ ਹਮ ਬੋਲਤੇ ਹੈ। ਤੋ ਕਭੀ ਕਭੀ ਉਹ ਕੋਰਨੀਆ ਡੋਨੇਸ਼ਨ ਨਹੀਂ ਰਹਿਤਾ ਹੈ, ਕੋਈ ਦਾਨ ਨਹੀਂ ਕਰਨਾ ਚਾਹਤਾ ਹੈ, ਉਹਨੇ ਕੇ ਲਈ ਤੋ ਆਖ ਆਖਾ ਦਾਨ ਹਮ ਲੋਕ ਬੋਲਤੇ ਕਿ ਮਹਾਦਾਨ ਹੈ, ਲੇਕਿਨ ਕਿਤਨੀ ਵਾਰ ਲੋਕ ਕਿਤਨੇ ਮਤਲਬ ਬੈਰੀਅਰ ਕੀ ਵਜਹ ਸੇ ਲੋਕ ਡੋਨੇਟ ਨਹੀਂ ਕਰਤੇ ਹੈ। ਤੋ ਆਪ ਲੋਕ ਬਹੁਤ ਇੱਕ ਅੱਛਾ ਕਾਮ ਕਰ ਰਹੇ ਹੈ, ਤੋ ਮੈਂ ਉਸ ਚੀਜ਼ ਕੇ ਲੀਏ ਆਪਣੀ ਤਰਫ ਸੇ ਔਰ ਸਭ ਆਪਣੇ ਹੋਸਪਿਟਲ ਪਰਿਵਾਰ ਕੀ ਤਰਫ ਸੇ ਔਰ ਨੇਪਾਲ ਕੀ ਤਰਫ ਸੇ ਆਪ ਲੋਕੋਂ ਕੋ ਬਹੁਤ ਬਹੁਤ ਬੈਸਟ ਵਿਸ਼ ਦੇਣਾ ਚਾਹਤੀ ਹੂੰ ਕਿ ਆਪ ਇਹ ਕਾਮ ਆਗੇ ਲੈ ਕਰ ਜਾ ਜੋ ਜਾ ਰਹੇ ਹੈ ਉਸਕੀ ਵਜਹ ਸੇ ਪੇਸ਼ੈਂਟ ਸਭਕੋ ਔਰ ਜਿਸਕੋ ਜੋ ਨਹੀਂ ਦੇਖ ਪਾਤੇ ਹੈ ਉਸਕੋ ਇਸ ਚੀਜ਼ ਮੇਂ ਮਦਦ ਮਿਲੇ। ਔਰ ਹਮ ਇਹ ਵੀ ਚਾਹਤੇ ਹੈ ਕਿ ਡਾਕਟਰ ਰਮੇਸ਼ ਜਿਨਕੀ ਤਰਫ ਸੇ ਮਤਲਬ ਹਮ ਲੋਕ ਕੇ ਬੀਚ ਮੇਂ ਕਮਿਊਨੀਕੇਸ਼ਨ ਜੋ ਹੁਆ, ਤੋ ਹਮ ਚਾਹਤੇ ਹੈ ਕਿ ਉਨਕੋ ਵੀ ਹਮ ਥੈਂਕ ਬੋਲੇ ਕਿ ਉਹਨੇ ਆਪਕੇ ਸਾਥ ਹਮਾਰੀ ਮੁਲਾਕਾਤ ਕਰਵਾਈ ਔਰ ਆਪ ਯਹਾਂ ਪੇ ਆਏ। ਤੋ ਆਲ ਦਾ ਬੈਸਟ ਐਂਡ ਆਪ ਇਸ ਮਤਲਬ ਆਈ ਹੋਪ ਗੁੱਡ ਲੱਕ ਐਂਡ ਬੈਸਟ ਵਿਸ਼ਿਸ ਫੋਰ। ਥੈਂਕ ਯੂ, ਥੈਂਕ ਯੂ। ਤਿਲ ਗੰਗਾ ਹਾਈ ਹੋਸਪਿਟਲ ਦਾ ਪੂਰਾ ਟੂਰ ਕਰਕੇ ਅਸੀਂ ਹੁਣ ਇੱਥੋਂ ਨਿਕਲੇ ਹਾਂ, ਅਤੇ ਅੱਗੇ ਜਾ ਰਹੇ ਹਾਂ ਇੱਕ ਹੋਰ ਹਾਈ ਹੋਸਪਿਟਲ ਹੈਗਾ, ਅਤੇ ਉਹਦੀ ਜਾਣਕਾਰੀ ਤੁਹਾਨੂੰ ਮੈਂ ਅੱਗੇ ਜਾ ਕੇ ਦਿੰਦਾ, ਪਹੁੰਚ ਕੇ ਦੱਸਦਿਆਂ ਕੀ ਹੈਗਾ। ਅਤੇ ਇਹ ਕਾਫੀ ਅੱਛਾ ਹੋਸਪਿਟਲ ਸੀਗਾ, ਡਾਕਟਰ ਰਮੇਸ਼ ਜੀ ਨੇ ਰਿਕਮੈਂਡ ਕੀਤਾ ਸੀ, ਉਹ ਸਾਨੂੰ ਇਨਵਾਈਟ ਕਰਿਆ ਉਹਨਾਂ ਨੇ, ਅਤੇ ਸਾਡੀ ਵੇਟਿੰਗ ਕਰ ਰਹੇ ਸੀਗੇ। ਥੈਂਕ ਯੂ ਪੂਰੀ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਡੀ ਵੇਟਿੰਗ ਕੀਤੀ, ਸਾਡਾ ਸਨਮਾਨ ਕੀਤਾ ਔਰ ਸਾਨੂੰ ਰਿਸੀਵ ਕੀਤਾ। ਅਤੇ ਉਹਨਾਂ ਨੇ ਸਾਨੂੰ ਅੱਗੇ ਰੂਟ ਦੇ ਵਿੱਚ ਦੋ ਜਗ੍ਹਾ ਸਟੇਅ ਵੀ ਪ੍ਰੋਵਾਈਡ ਕਰਵਾ ਕੇ ਦਿੱਤੀਆਂ, ਰਿਕਮੈਂਡ ਕੀਤੀਆਂ ਨੇ, ਦੋ ਜਗ੍ਹਾ ਨੇ ਜਿੱਥੇ ਇਹਨਾਂ ਦੇ ਹੀ
ਹਸਪੀਟਲ ਨੇ ਤੇ ਹਸਪੀਟਲ ਦੇ ਅੱਗੇ ਸਬ ਬ੍ਰਾਂਚਸ ਨੇ ਉਹ ਕਹਿੰਦੇ ਤੁਸੀਂ ਉੱਥੇ ਰੁਕ ਸਕਦੇ ਹੋ ਤੋ ਥੈਂਕ ਯੂ ਉਹਦੇ ਲਈ ਦੁਬਾਰਾ ਤੁਹਾਡਾ ਸਾਰੇ ਡਾਕਟਰਸ ਦਾ ਤੇ ਹੁਣ ਇੱਥੋਂ ਅੱਗੇ ਜਾ ਕੇ ਕਿਹੜੇ ਹਸਪੀਟਲ ਜਾਣਾ ਤੁਹਾਨੂੰ ਉਹ ਮੈਂ ਦੱਸੂੰਗਾ ਆਏ ਸੀਗੇ ਉਹ ਐਕਟਿਵਾ 'ਤੇ ਨੇ ਆਪਣੀ 'ਤੇ ਉੱਥੋਂ ਲਿਆ ਕੇ ਸਾਨੂੰ ਉਹਦੇ 'ਚ ਜਿਹੜਾ ਤਿਲ ਗੰਗਾ ਹੋਸਪਿਟਲ ਹੈਗਾ ਉੱਥੇ ਤੱਕ ਨਾਲ ਸਕੋਟ ਕਰਕੇ ਲੈ ਕੇ ਗਏ ਉੱਥੇ ਸਾਰਾ ਵਿਜ਼ਿਟ ਕੀਤਾ ਅਤੇ ਉਸ ਤੋਂ ਹੁਣ ਉਹ ਅਸੀਂ ਇੱਥੇ ਵੇਟ ਕਰ ਰਹੇ ਹਾਂ ਰਸਤੇ 'ਚ ਉਹ ਕਹਿੰਦੇ ਮੈਂ ਤੁਹਾਡੇ ਲਈ ਸਨੀਕਰ ਲੈ ਕੇ ਆ ਰਿਹਾ ਜਿਹੜੇ ਚੋਕਲੇਟ ਹੁੰਦੇ ਨਾ ਜਿਹੜੇ ਉਹ ਐਨਰਜੀ ਬੂਸਟਰ ਉਹ ਲੈ ਕੇ ਆ ਰਹੇ ਨੇ ਬਸ ਇਹ ਵੇਟ ਕਰ ਰਹੇ ਹਾਂ ਨੇੜੇ ਤੇੜੇ ਹੋਣਗੇ ਕਿਤੇ ਅਤੇ ਇੱਧਰ ਆਉਣਾ ਨੇ ਆਉਣਾ ਇੰਤਜ਼ਾਰ ਕਰ ਰਹੇ ਹਾਂ ਅਤੇ ਆ ਜਾਣ 'ਤੇ ਅਸੀਂ ਆਪਣਾ ਉਹ ਲੈ ਕੇ ਅੱਗੇ ਚੱਲੀਏ ਬਾਕੀ ਇੱਥੇ ਕਾਰਾਂ ਦੇ ਮਾਡਲ ਕਈ ਇਹੋ ਜਿਹੇ ਨੇ ਜਿਹੜੇ ਕਿ ਆਪਣੇ ਇੰਡੀਆ ਦੇ ਵਿੱਚ ਨਹੀਂ ਹੈਗੇ ਕਿ ਸੁਜ਼ੂਕੀ ਫੋਕਸ ਵੈਗਨ ਇਹ ਹੈਗੀਆਂ ਨੇ ਸਾਰੀਆਂ ਪੋਲੋ ਸਭ ਹੈ ਹੁੰਡਾਈ ਅਸ਼ੋਕ ਲੇਲੈਂਡ ਮਹਿੰਦਰਾ ਆਹ ਪਹਿਲੀ ਦੇਖੀ ਆ ਬੀ ਐਮ ਡਬਲਿਊ ਇਹ ਪਹਿਲੀ ਵਾਰੀ ਦੇਖੀ ਆ ਮੈਨੂੰ ਪੂਰੇ ਨੇਪਾਲ 'ਚ ਇੱਕ ਇਹ ਮਾਊਂਟੇਨ ਬਾਈਕਸ ਹੁੰਦੀਆਂ ਜਿਹੜੀਆਂ ਦੇਖਣਗੇ ਮੋਟਰਸਾਈਕਲ 'ਤੇ ਆਫ ਰੋਡਿੰਗ ਕਰਦੇ ਨੇ ਰੇਸਾਂ ਲਾਉਂਦੇ ਨੇ ਉਹ ਇੱਥੇ ਆਮ ਚਲਾਉਂਦੇ ਨੇ ਦੇਖਿਓ ਹੁਣੇ ਤੁਹਾਨੂੰ ਕੋਈ ਨਾ ਕੋਈ ਦਿਖ ਜੂ ਇੱਥੇ ਬੁਲਟ ਮੇਰੀ ਸ਼ਾਮ ਮੰਜ਼ਿਲੋਂ ਕਾ ਨਿਸ਼ਾਂ ਯੇ ਬੁਲਟ ਯੇ ਬੁਲਟ ਇੱਦਾਂ ਪੂਰੇ ਪੈਕੇਬਲ ਹੋ ਕੇ ਸਾਈਕਲਿਸਟ ਜਾਂਦੇ ਨੇ ਇਹ ਪਤਾ ਨਹੀਂ ਕਿਹੜਾ ਬ੍ਰਾਂਡ ਹੈਗਾ ਆਹ ਵਾਲਾ ਰੈੱਡ ਕਲਰ ਜੀ ਆ ਗਏ ਸਾਡੇ ਸਨੀਕਰ ਲੈ ਕੇ ਕਾਹ ਚਲੇ ਗਏ ਤੇ ਟਾਈਮ ਬਹੁਤ ਲੱਗ ਗਿਆ ਉਹਨੇ ਪੂਰਾ ਡੱਬਾ ਲਿਆਤਾ ਸਾਨੂੰ 24 ਪੀਸਾਂ ਦਾ ਥੈਂਕ ਯੂ ਫੋਰ ਇਹਦੇ ਲਈ ਗੁੱਡ ਮੋਰਨਿੰਗ ਕਰਦੇ ਕਰਦੇ ਅੱਜ 10 ਤਰੀਕ ਹੋ ਗਈ ਆ ਅਤੇ ਸਵੇਰ ਦੇ 8 ਵੱਜ ਗਏ ਨੇ ਅਸੀਂ ਬਿਲਕੁਲ ਰੈਡੀ ਟੂ ਰੈਡੀ ਹਾਂ ਜਾਣ ਦੇ ਲਈ ਸਾਹਮਣੇ ਗੁਰਦੁਆਰਾ ਸਾਹਿਬ ਅਤੇ ਅਸੀਂ ਇੱਥੇ ਹੀ ਸਟੇਅ ਕੀਤੀ ਸੀ ਜੋ ਦੇ ਕਾਠਮੰਡੂ ਆਏ ਹਾਂ ਅਤੇ ਗੁਰਦੁਆਰਾ ਸਾਹਿਬ ਇੱਕ ਐਸੀ ਜਗ੍ਹਾ ਹੁੰਦੀ ਆ ਕਿ ਜਿੱਥੇ ਬਿਲਕੁਲ ਪੀਸਫੁਲੀ ਤੁਸੀਂ ਰਹਿ ਵੀ ਸਕਦੇ ਹੋ ਇਹ ਹਮੇਸ਼ਾ ਸਪੋਰਟ ਹੀ ਕਰਦੇ ਨੇ ਦੁਨੀਆ 'ਚ ਕਿਤੇ ਵੀ ਗੁਰਦੁਆਰਾ ਸਾਹਿਬ ਹੋਣ ਅਤੇ ਸੇਮ ਉਸੇ ਹੀ ਤਰਜ਼ 'ਤੇ ਸਾਨੂੰ ਵੀ ਇੱਥੇ ਸਪੋਰਟ ਪੂਰੀ ਮਿਲੀ ਪ੍ਰਬੰਧਕ ਕਮੇਟੀ ਇੱਥੋਂ ਦੀ ਜਿਹੜੀ ਸੀਗੀ ਉਹਨਾਂ ਨੇ ਬੜਾ ਸਾਥ ਦਿੱਤਾ ਸਾਡਾ ਅਤੇ ਸਵੇਰੇ ਪਾਣੀ ਲੰਗਰ ਪਾਣੀ ਛਕਦੇ ਸੀਗੇ ਅਤੇ ਉਸ ਤੋਂ ਅੱਗੇ ਅਸੀਂ ਬਾਕੀ ਜਿਹੜੇ ਕੰਮ ਕਰਦੇ ਸੀ ਉਹ ਕਰਦੇ ਸੀ ਹੁਣ ਵੀ ਅਸੀਂ ਰੂਮ 'ਚੋਂ ਬਾਹਰ ਆਏ ਹਾਂ ਬਹੁਤ ਕੰਫਰਟੇਬਲ ਰੂਮ ਸੀਗਾ ਅਤੇ ਕੱਲ੍ਹ ਰਾਤ ਅਸੀਂ ਸਾਰੀ ਪਲਾਨਿੰਗ ਕਰ ਲਈ ਆ ਵੀ ਕਿੱਧਰ ਨੂੰ ਕਿਹੜਾ ਰੂਟ ਫੜਨਾ ਅਸੀਂ ਇੱਧਰੋਂ ਭਗਤਪੁਰ ਹੁੰਦੇ ਹੋਏ ਜਾਵਾਂਗੇ ਬਾਰਡਰ ਵੱਲ ਅਤੇ ਤਕਰੀਬਨ ਸਾਨੂੰ ਇੰਡੀਆ ਬਾਰਡਰ ਇੱਥੋਂ 350-400 ਕਿਲੋਮੀਟਰ ਦਾ ਪਊਗਾ ਇਹ ਲੱਗਣਗੇ ਪੰਜ ਕੁ ਦਿਨਾਂ 'ਚ ਅਸੀਂ ਇੰਡੀਆ ਬਾਰਡਰ ਦੇ ਵਿੱਚ ਪਹੁੰਚ ਜਾਵਾਂਗੇ ਸਿਲੀਗੁੜੀ ਸਾਈਡ 'ਤੇ ਅਤੇ ਕੁੱਲ ਮਿਲਾ ਕੇ ਕਾਠਮੰਡੂ ਦਾ ਐਕਸਪੀਰੀਅੰਸ ਬੜਾ ਹੀ ਜ਼ਬਰਦਸਤ ਰਿਹਾ ਕਿਉਂਕਿ ਇੱਥੇ ਹੋਸਪਿਟਲ 'ਚ ਮਿਲੇ ਜਾ ਕੇ ਅਤੇ ਇੱਥੇ ਸਾਈਕਲਿਸਟ ਵੀ ਬਹੁਤ ਸੀਗੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਅਤੇ ਸੂਰਜ ਜੀ ਮਿਲੇ ਸੀਗੇ ਕਮਲਜੀਤ ਮਿਲੇ ਸੀ ਅਤੇ ਕਈ ਵਾਰੀ ਪਹਿਲੀ ਵਾਰ ਮਿਲਦੇ ਹਾਂ ਨਾਮ ਨਹੀਂ ਯਾਦ ਰਹਿੰਦਾ ਹੈਗਾ ਪਰ ਮੇਰੇ ਕੋਲ ਨੋਟ ਕੀਤਾ ਹੋਇਆ ਉਹਨਾਂ ਦਾ ਫੋਟੋ ਦੇ ਨਾਲ ਅਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਬਕਾ ਬਹੁਤ ਬਹੁਤ ਸ਼ੁਕਰੀਆ ਜਿਨਕੋ ਮਿਲ ਪਾਇਆ ਔਰ ਕਈ ਕਈ ਮੈਸੇਜ ਵੀ ਆਏ ਯਹਾਂ ਪਰ ਉਨਕੋ ਮਿਲ ਵੀ ਨਹੀਂ ਪਾਇਆ ਫੇਸਬੁੱਕ ਪਰ ਮੈਸੇਜ ਆਏ ਸਬਕਾ ਦਿਲ ਸੇ ਧੰਨਵਾਦ ਸ਼ੁਕਰੀਆ ਕਾਠਮੰਡੂ ਸ਼ੁਕਰੀਆ ਨੇਪਾਲ ਤੋ ਨੈਕਸਟ ਟਾਈਮ ਜਬ ਵੀ ਆਏਗੇ ਤੋ ਆਪਕੋ ਮਿਲੇਂਗੇ ਜੋ ਨਹੀਂ ਮਿਲ ਪਾਏ ਮੈਂ ਅਤੇ ਕਮਲਜੀਤ ਜੀ ਆ ਗਏ ਨੇ ਸਾਡਾ ਬ੍ਰੇਕਫਾਸਟ ਲੈ ਕੇ ਇਹ ਕਹਿੰਦੇ ਤੁਹਾਡੇ ਨਾਲ ਮੈਂ ਥੋੜ੍ਹੀ ਦੂਰ ਤੱਕ ਜਾਊਂਗਾ ਅਤੇ ਬ੍ਰੇਕਫਾਸਟ ਕਹਿੰਦਾ ਮੈਂ ਘਰੋਂ ਬਣਾ ਕੇ ਲੈ ਕੇ ਆਊਂਗਾ ਅਤੇ ਇਹ ਹੁਣ ਸਾਡੇ ਨਾਲ ਜਾਣਗੇ ਅਸੀਂ ਵੀ ਰੈਡੀ ਹਾਂ ਜਾਣ ਲਈ ਅਤੇ ਪੁਸ਼ਕਰ ਜੀ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਪੁਸ਼ਕਰ ਜੀ ਜਿਹੜੇ ਕਿ ਪੂਰਾ ਸਾਈਕਲ ਦੇ ਉੱਤੇ 11 ਸਾਲ ਉਹਨਾਂ ਨੇ ਕੱਢੇ ਹੈਗੇ ਉਹਨਾਂ ਦੇ ਬੜੇ ਐਕਸਪੀਰੀਅੰਸ ਸਾਨੂੰ ਮਿਲੇ ਉਹਨਾਂ ਨੇ ਸਾਨੂੰ ਇੱਕ ਕਿਤਾਬ ਵੀ ਗਿਫਟ ਕੀਤੀ ਅਤੇ ਉਹਨਾਂ ਨੂੰ ਉਹ ਵੀ ਸਾਨੂੰ ਇਸੇ ਹੀ ਧਰਤੀ 'ਤੇ ਮਿਲ ਪਾਏ ਸੀਗੇ ਉਹ ਭੁੱਲਣ ਵਾਲੀ ਸ਼ਖਸੀਅਤ ਨਹੀਂ ਹੈਗੇ ਉਹ ਜਿਸ ਹਿਸਾਬ ਦਾ ਉਹਨਾਂ ਨੇ ਹਾਰਡ ਵਰਕ ਕੀਤਾ ਹੈਗਾ ਹੁਣ ਅਸੀਂ ਦੋਨੋਂ ਕਮਲਜੀਤ ਸਿੰਘ ਜੀ ਦਾ ਧੰਨਵਾਦ ਸਾਨੂੰ ਰੋਟੀ ਪਾਣੀ ਲੈ ਆਏ ਉਹ ਲੈ ਆਏ ਉਹਦੇ ਦੀ ਵੇਟ ਕਰ ਰਹੇ ਸੀ ਰੋਟੀ ਪਾਣੀ ਹੁਣ ਰੋਡ 'ਤੇ ਹੀ ਕਰਾਂਗੇ ਲੇਟ ਹੋ ਜਾਣਾ ਅਤੇ ਅੱਜ ਦਾ ਸਫ਼ਰ ਠੀਕ ਰਹੂਗਾ ਅੱਜ ਢਲਾਣ ਹੈ ਚੜ੍ਹਾਈ ਕਦੋਂ ਮਾੜੀ ਮੋਟੀਆਂ ਕਿਤੇ ਕਿਤੇ ਨੇ ਕੱਲ੍ਹ ਪਰਸੋਂ ਦਾ ਸਫ਼ਰ ਆ ਉਹ ਔਖਾ ਰਹੂਗਾ ਹੁਣ ਅਸੀਂ ਨਿਕਲਣ ਲੱਗੇ ਹਾਂ ਬਸ ਹਾਂ ਹੁਣ ਆਪਾਂ ਜਲਦੀ ਜਲਦੀ ਨਿਕਲੀਏ ਨਿਕਲ ਕੇ ਰਸਤੇ 'ਚ ਗੱਲਾਂ ਕਰਾਂਗੇ ਆਪਾਂ ਪੈਡਲਿੰਗ 'ਤੇ ਗੱਲਾਂ ਹੋਰ ਹੈ ਕੀ ਆਪਣੇ ਕੋਲ ਤੁਹਾਨੂੰ ਵੀ ਪੂਰਾ ਇੰਜੋਏ ਕਰਾਇਆ ਮੈਂ ਨਾਲ ਰਹਿਓ ਕਮਲਜੀਤ ਸਾਨੂੰ ਭਗਤਪੁਰ ਤੱਕ ਛੱਡ ਕੇ ਆਉਣਗੇ ਕਿਉਂਕਿ ਹੁਣ 10-12 ਕਿਲੋਮੀਟਰ ਪੈਂਦਾ ਸ਼ਹਿਰ ਤੋਂ ਪਾਰ ਕਰਕੇ ਫਿਰ ਆਉਣਗੇ ਅਤੇ ਸਾਡੇ ਬ੍ਰੇਕਫਾਸਟ ਵੀ ਲੈ ਕੇ ਆਏ ਨੇ ਅਤੇ ਨਾਲ ਨੇ ਤੰਦੁਲਕਰ ਜੀ ਜਿਹੜਾ ਬੇਸ ਕੈਂਪ ਤੱਕ ਸਾਈਕਲ ਨਾਲ ਲੈ ਗਏ ਸੀਗੇ ਬਾਕੀ ਇਹਨਾਂ ਬਰੀਕੀ ਨਾਲ ਗੱਲਾਂ ਹੋਰ ਜੋ ਰੁਕਾਂਗੇ ਨਾ ਉਦੋਂ ਕਰਾਂਗੇ ਪਤਾ ਹੀ ਨਹੀਂ ਚੱਲਿਆ ਕਦੋਂ ਇਹ ਦਿਨ ਨਿਕਲ ਗਏ ਕਾਠਮੰਡੂ ਦੇ
सब एन सोहना सोहना खूबसूरत बिल्कुल एन पैकेबल सब रोड साफ तो राजधानी है फिर कुछ तो कलाकारी करनी सी इन्होंने तो बहुत खूबसूरत शहर है इतने कद किसी का आना हो जरूर मिलो इतने साइकिल लैके आओ साइकिल उत्ते घूमो साइकलिस्ट नू मिलो बहुत इतने सेवा करते हैं बहुत ज़्यादा प्यार करते हैं साइकलिस्ट नू सारे इतने जिहड़े सामने खड़े ने अपने इन्होंने ये टू टूरिस्ट ने ये असल च गाइड ने टूरिस्ट जिन्हें होंगे उन्होंने गाइड करते हैं सारे पहाड़ सब हिली एरिया सब इन्होंने गाए हुए ने ये प्रोफेसनली ये काम करते हैं गाइड करते हैं सबनों तो साइकलिस्ट भी ने बड़ी दूर दूर तक इन्होंने साइकिल चलाया कितने कितने तक चलाया जो मौका मिलया तो जरूर मिलावे जिते रुकेंगे जाके ना पर ब्रेकफास्ट करा उ मैं दसूँगा तुम्हें 12 किलोमीटर वो दूर आ गया सी भगतपुर वल तो इतने थोड़ी जी हम रेस्ट करके चाह पीओगे टी ब्रेक है ये उन्होंने तेंदुलकर जी ने वापसी जाना इतों हो सकता इतों वापस चले जा Yes, please welcome Mr. Jitinder Singh and another bhai in Nepal. So, these two brothers came from the India for the human welfare, organ donation. They are promoting organ donation in the world, including Nepal, India. So, it is one of the greatest moment and it is very necessary and very important function to our human beings. These two guys are very, very gentle. They are traveling from Punjab to up to the Nepal. Now they are going to the Mulkot, east of the Nepal. Through that, they are going to the India via Darjeeling, Sikkim, Manipur. So it is one of the major tasks of them to donate, to promote organ donation. So thank you. Mr. Jatinder Bhai and Mr. Anandar Bhai to the Nepal. So we are also doing after that your campaign. We are also going to promote your organ donation. We are also make a huge conference about the organ donation in Nepal. So it is one of the social work and human being works in Nepal in all over the world. Nowadays we have to donate our organs. To other person, they can buy our donation of our organs. They can live and they can get their life, like kidney, eyes, skin, liver, whatever it is. We have to donate. So it is one of the greatest functions in the world. Thank you, bhai. Thank you. So, bhai, apne bare mein bolnu bhai ne ke. Okay. Now, yes. Ek second. Okay. Now I'm Sunil Tandukar. I'm a French tour guide in Nepal. Since 18 years, I'm involved in tourism. Lastly, I did in October. I did three Everest base camp with three passes by mountain bike height 5,000 up to the 5,000 meter. So in future, I'm also going to do rest of the 14 highest peak. Base camp right in the world. So recently, maybe after June, I'm going to do first of all 8,000 meter. That these are in Nepal from east to west. Now I'm going to do. So please save our Himal and ride mountain bike. Thank you. ले उठे कुत्ते आने संगलियाँ पाई हैं उन्हें यहाँ देखो कुकर ने संगली पाई है ना ले कहने पाजी के तक आ गए थे पाजी ठीक है कमल जीत जी बहुत बहुत धन्यवाद बहुत बहुत धन्यवाद माय प्लेजर हाँ मतलब मिलके ही पता लगता ना बंदे का किदा दा हैगे ना सुनील जी थैंक यू आई एम वेरी हैप्पी टू मीट यू बट आई एम वेरी सॉरी बिकॉज़ ऑफ माय वर्क आई डिड नॉट गिव योर टाइम ओनली टुडे आई केम एनी टाइम यू कम लुधियाना वी आर एंड वी विल कीप इन टच ओके थैंक यू सो मच हैव अ नाइस जर्नी टू यू अप टू द इफ एनी प्रॉब्लम प्लीज कॉल मी यस ओके वी विल कम टू चेक योर दैट इज अ बिग वर्ड फॉर अस ओके थैंक यू इत्थे सानू 20 किलोमीटर हो गए ने पूरे जदों असीं रूम चो निकले आ ते भगतपुर क्रॉस कर लिया सांगा जिहड़ा हैगा थोड़ा अगे आ उत्थे जा रहे आ ते आ सारे शहर दा नज़ारा जे तुहानू दिखदा होवे इधरले पासे एक उपर शंकर जी की बहुत बड़ी एक मूर्ति बनी हुई है बैनर्स भी बहुत लगे ने
हाइट ते आ गए असि ते समझ लो कि 20 किलोमीटर असी 20 किलोमीटर चों 8-10 किलोमीटर तो असी पैदल ही कढ़िया बाकी पैडलिंग की आ ते ओ थानू पूरा काठमांडू शहर नज़र आ रहा होगा ओ खड़ा जतेंद्र सिंह ओ भी निहार रहे आ कि कित्थों आए असी उपर किन्नी दूर चढ़ के आए हैं ना ते बस ये समझ लो कि जिमें कोई किसी शहर च कोई पुल हुंदा ब्रिज हुंदा है ना मान लो रेलवे लाइन क्रॉस करनी आ तो ब्रिज हुंदा ना वो ब्रिज की जिन्नी चढ़ाई हैगी आ बस वो चढ़ाई नूं अगर लगातार असी 10 किलोमीटर तक लंबी कर दीए उदा दी चढ़ाई असी महसूस कर रहे इत्थे जिहड़ी कि असी पैदल तुरना पसंद करते हैं वो कितने 200 मीटर का थोड़ा फ्लैट एरिया आता उत्थे असी फिर पैडलिंग शुरू कर दें तो ये इत्थों का माहौल आ इदा असी मस्ती करते जा रहे हैं सफ़र सफ़र तो सफ़र सफ़र का यही आनंद हों कि कदें कि चीज़ मूहरे आँदी आ कड़ी कि चीज़ मूहरे आँदी आ तो वह सब रुकावटों पार करते हुए आनंद लेंदे हुए जाने का स्वाद आता सामने वो देखो पहाड़ी तो एक पहाड़ी तो दूजी पहाड़ी तक जाने का इन्होंने पैदल पुल बनाया हुआ देखो उपर चढ़े हुए बंदे दिख रहे तू हाँ दिखते ने दिखते रहे दसो यार मैनू पता नहीं लगता तुम देख पाने कि नहीं देख पाते वो देख रहे किन्ने ने भला गिण के दसो छे हाँ बिल्कुल यदा मतलब तुम देख रहे हो ठीक है नीचे एक काफ़ी गहरी खाई जी बनी हुई है वो आले दुआले पहाड़ ने पहाड़ के नाल ट्रैफिक जाई जा रहा असी जाई जा रहे ट्रैफिक जाई जा रहे बसा सानू क्रॉस कर दया ने मोटरसाइकिल क्रॉस करते ने इदा गड्डिया के डाट पई जाते ने सानू यह संगीत लगी जाता मैं तो ए लगता मैं कोई संगीत चल रहा हों ना कोई संगीत की हों ऑर्गेनाइज किया हों जो तुम काठमांडू या चढ़ाइया चढ़ोगे थोड़ा तरह तरह का संगीत सुनने मिलेगा देखो फ्र पा पा पी पी हैलो हाय कोई पैसे दिखा के हैलो करता कोई किमें करता टाटा की अलग आवाज़ हैगी टोयटा की अलग आवाज़ हैगी भैपू 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 सुन रहे हो मधुर संगीत बस यही जिंदगी रस ने दोस्तों हर जगह के संगीत लभ लें जोड़ा संगीत लभ लेंदा वह मस्ती कर जाता जिन्हों रौला लगी जाता वो सफ़र भी कटदा पर दुखी भी हुंदा तां तुसीं दुखी हो गए सफ़र करना कि खुश हो गए सफ़र करना ये सिर्फ तो तुहाडे ते डिपेंड करदा आ देखो कि महिंद्रा गड्डी कि खुश हो के दंद कढ के सानू देख रही है कहिंदी हा 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 बहुत वधिया लग रहा मतलब बसा चेहरे देखो तुम चेहरे के विच भी कुछ नज़र आऊगा कि वह सानू कुछ कह रही आ देखो आ टाटा देखो किन्नी समाइलिंग फेस है पूरा ए कन्ना तक पटिया पाया मूँह वह इन्ना खुश है ये मिंद्रा मिंद्र कपूर याद आ जाता इस सफ़र को तुम भूल जाओ ये हो नहीं सकता इस सफ़र को मैं भूल जाऊँ ये मैं होने नहीं दूंगा आओ कदे काठमांडू से आओ और थोनू कदे दर दुर पीण का मन करे इस जगह पर सिग्नेचर की एक बोतल पई आ ठीक है तो नाल एक पौआ भी पिया एक इतने कप भी पिया कच का इतने आ जाओ ये हैगा ओ शिव शिवजी की मूर्ति बनी है बिल्कुल जस्ट वो कुछ कदम सीधा नक् की सेहत चा दौ आ पे ने चक के धो लियो धो के तो अपने मस्ती करो इतने बैठ के बहुत वधिया लोकेशन आनू पता ही अज 10 फरवरी होगी 11 बज गए ने सानू इत हूँ इतों लंच टाइम तक इदा ही चलते जावे लंच टाइम तक जिते भी रुकेंगे वो उत्थे फिक्स नहीं किया इस जगह रुक के लंच करना जिते भी सानू ठीक लगे उत्थे से लंच कर लाँ आले दुआले ढाबे काफ़ी ने 29 किलोमीटर आ गए असी तो 12 बजन वाले ने पिछे बनेपा असी क्रॉस किया मतलब बनेपे के बच्चे ही हाँ शायद असी तो इतों हम असी आ राइट लैन लगे हाँ नैविगेशन सू दस कि राइट हो जाओ तो सामने घड़ी भी चलती आ 11 बज के 59 मिनट तो अज 10 तरीक हैगी भी दिखा रहे थर्सडे अज वह भी दिखा रहे तो चलते रहेंगे चलते रहो साढ़े नाल टाइम टू टाइम अपडेट दिता रहा 16 डिग्री टैंपरेचर है इस टाइम इतने का जो मैं सामने बोर्ड पर नज़र आ रहा अरे ये क्या है किसी को ये पता है इस लोगों का क्या मतलब है अगर किसी को पता है तो प्लीज़ मुझे बताएं क्योंकि मेरे लिए पहली बार है मैं पहली बार देखा है पता नहीं की लोगों का मतलब है आइडिया तो यह लग रहा है कि अगर रोड के उत्ते कोई
हो सकता पानी उत्तों बगदा हो। चलो जो पता है दस्यो सानू। देखो कुदरत का नज़ारा, ये जो ब्यूटी देख रहे हो ना सी ब्यूटी, इनू शब्दों च बयान नहीं मैं कर पाऊँगा, मेरे को शब्द नहीं है इन दसन वास्ते। तो तुसी इनू देखो कहजा लग रहा, निहारो इनू। शायद मैं थोनू दिखा सका कैमरे नाल, ये कैमरा जिहड़ा दिख रहा है, समझ लो कि तुसी 25% क्वालिटी देख रहे हो, यदि 75% तुसी मिस कर रहे हो घरे बैठ के रजाई दे विच जिहड़ा टीवी देखते हो। छड़ दो टीवी सारे जाने, निकलो बाहर एक एक दिन लई, चाहे निकलो किसी ऐसी कुदरत कोले जाओ जिहड़ी तुहाडे रची होवे बिल्कुल पूरी, एन इहदी कोई मिसाल ही है नहीं इस क्वालिटी की। देखो किवें लंबे लंबे चील दे दरख्त ने, पता नहीं किहड़े ने, पर क्या ब्यूटी है यार। इत्थे ही रहण नूं जी करदा वी, इत्थे ही रह जाइए, इत्थे छोटा घर होवे, इत्थे ही रहिए बस, होर किते ना जाइए। यही हुंदा कुदरत, क्यों कुदरत दे नाल ही आपां जुड़े हुए सी पहलां, हौली हौली दूर हुंदे गए, जदों दुबारा आपां मिलदे आ कुदरत नूं जाके तां उहदे याद आउंदे, यार इह तां यार जमे ही उही आ जिथों असीं निकले सी कदे ना कदे। तुसीं जिन्ना वी पहाड़ी इलाके च रोड देखोगे, जिन्ने भी होणगे पहाड़ी इलाके च, हुंदा की आ कि उत्थे बारिश का पानी पहाड़ों तो बहुत थले तक आता तेज। जिन्हें भी थोड़ा रोड दिखे जोड़े अच्छे तरीके रोड बने हुए हैं, हर रोड के नाल थोड़ू इदा दाली नज़र आऊगी, इदा दिछों पहाड़ा तो सारा पानी इकट्ठा होकर आ रहा, क्योंकि इन्होंने पानी का निकास पूरा किया कि जिथे भी पानी की रुकावट करती तुम तो पानी ऐसी चीज़ आ सब को रोड़ के लै जाता, सारी ब्यूटी जी है वह बंदे की बनाई हुई सब खत्म हो जाती है। ये काला कूड़ा ता ही भजी फिर दिया क्योंकि कुदरत नूं आपां रोकिया नहीं, पानी की निकासी बिल्कुल उवें सही तरीके नाल रखी हुई है। जिस दिन ये बंद की इत्थों उन्हें रस्ता बना के निकल जाना तो बंदे फिर झक्की जाणगे। आ देखो थोड़ी जी एक बदली आ जिन्हें आ सूरज नूं ढकिया, इन्ने नाल ही कह लो कि आ देखो ठंड लगन लग गई, गर्मी सीगी। खुली खेत तो अगे निकल के हुण पालके खेत वल जा रहे हैं, असीं तकरीबन साडा 35-40 किलोमीटर का सफर अज का हो चुकिया, तो हुण पिछले 7-8 किलोमीटर तो सानू सारी डाउनहिल ही मिली जा रही है, डाउनहिल तो वो साडे लई बेनीफिशियल हुंदी आ। ये हैगा बकुंडे वेसी 12 किलोमीटर, बकुंडे वेसी इत्थों 12 किलोमीटर आ साडे रूट दे विच ही आऊगी, तो हुण सानू भुख लगी आ इस करके असीं इत्थे रुके हाँ थोड़ी देर। सारे होटल्स सीगे छोटे छोटे, तो असी सोचा भी क्यों ना असी रोटी खा ली इत्थे, टसी डोलमा होटल तो असी इत्थे चौमिन बनवा रहे हैं, नाल उहदे आलू ते छोले ते थोड़े जिहे विच उहदे की कहिंदे ने एग भी दो पवावांगे उत्थे, क्योंकि एनर्जी की लोड़ हुंदी आ। आ तुसी देखो इत्थे खेत, आ देखो ये की करदे ने, इदां टेपर नूं समझदी उसदा मतलब फ्लैट फ्लैट छोटे छोटे पौड़ियां जी बना के उत्ते खेती करते हैं। जिन्ना असं पिछों सारा छड के आए हैं उत्थे सारी सरों बहुत लगी हुई सी, और इतने भी देख रहे हो सरों लगी होगी सामने, तो सरों सरों के साग वगैरह सब इतने बनाते हैं खाते ने सब, तो इन्नी मेहनत करते हार्ड वर्क करते हैं इतने खाण पीण के लिए, तो उन्होंने बीमारी कितने लगनी है। देखो चार पासा एन ग्रीनरी ना भरिया पिया रोड दे लैवल दे विच तां आ स्ट्रक्चर सारा बना के, ये होटल दे मैं नीचे खड़ा क्योंकि थले सारी पहाड़ी है टेपर, तो ये स्ट्रक्चर इदा खड़े करके उते बना के उदे उपर इन्होंने अपने अपने रूम बना के होटल बनाए हुए ने। ये हैगा पिछला पासा, आ देखो सारे फैब्रिकेट किया हुआ सारा, ये तुम देख सकते हो आप पहाड़ सारा ग्रीन कितना ज़्यादा, हर जगह छोटे छोटे खेत ने ना, छोटे छोटे कटिंग करके खेत बनाए ने अपने अपने, जो कि सारिया इतने सब्जियां जरूर बीजते हैं। कुछ कंस्ट्रक्शन चल रही है थले, बॉर्डर करके भी मिट्टी खिसक ना जाए, तो
सेफ्टी का भी ध्यान रखते हैं। जी भज गए चंगी तरह रैसट कर करके चौमिन उधेड़ के दो दो प्लेटा बिच अंडे सीगे ते चाह का भी कप एक एक पी लिया हूँ चलते हैं अगे वालों। ठीक है जिंदर सिंह लालिया जट ने कालिया एनक हूँ नहीं छड़ा रुकन का कोई टिकाणा नहीं अज हाँ अज कहिंदा रुकन का कोई टिकाणा नहीं मुसाफिर हो यारो जिथे भी लोट लगे उत्थे अज रह लांगे। जतिंदर सिंह कहिंदा पहाड़ इन्ने सोहणे आ कि मैं मिस नहीं कर सकता मैनू मूहरे बिठाओ तो मैं चलाऊंगा। मैं कह लो जी तुसीं मूहरे बैठो मैं हुण पिछे बैठदा पिछे बैठ के गल्लां बातां करांगे तो कुछ वीडियो भी बनावांगे। आ देखो ओए होए 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 क्या नज़ारा यार जतिंदर सिंह वाला कोई बयान नहीं कर सकते ना की कहिए इस चीज़ नूं की कहा जा सकता एडा बड़ा पहाड़ बस देखी जाओ बस गल ठीक आ। हाँ वो थल्यो मतलब चढ़ चढ़ के उपर तक आए हैं असल च उपर चढ़ के नज़ारा ही उदों आउंदा जदों थल्यो देखदे भी अच्छा यार इत्थों चढ़ के आए हैं फिर ही स्वाद आउंदा। आ देखो गिद्धा पाउण लगी हैं कोई चंदा मामा जी भी हैगे ने वो देखो थोड़े जी देखदे आ हाँ नाल नाल साडे मामा जी भी जांदे ने मामा जी चंदा मामा ला कट कसया है पिछले दी गुड्डी थोड़ी जी नेड़े लग चुकी है ये भी चेंज करवावांगे ये चेंज करवा लेंगे 400 किलोमीटर होर चला के फिर चेंज करावांगे। 46 किलोमीटर दा सफर असी तय कर चुके हैं सवेर दे जिथे भी रुकते हैं ब्यूटी ब्यूटी बहुत वधिया पहाड़ ने उच्चे उच्चे पहाड़ ने आ देखो इधर भी पहाड़ इधर ही पहाड़ सानू डाउन हिल आ रही है काफ़ी देर तो 10 to 15 किलोमीटर जड़े ना डाउन हिल ही चली जा रहे पैडल एक बार मारे से लगातार डाउन हिल आ ब्यूटी आ जो रोड के नेड़े करते हैं फिर आ ब्यूटी आ ये लोगों वालों बनाई गई ब्यूटी आ वो कुदरत की बनाई हुई ब्यूटी है देखो कितना फर्क आ। यह है रोशी पुल एक साढ़े नाल नाल नदी जा रही सी जिन्हों के पुल दे नाल सी क्रॉस किया देख सकते हो रोशी पुल इहदा नाम हैगा ते 10 किलोमीटर ते देखते हैं कोई स्टॉपेज रात का टिकाणा भी बनाना कोई तकरीबन लैवल जे च आ गए सारियां पहाड़ियां कढ़न तो बाद अजे भी डाउन हिल सानू मिली जा रही है पिछले 25-30 किलोमीटर मतलब नंघे होवोंगे सन डाउन हिल ही चल रही है किन्ने किलोमीटर हो गए चंदर 60 किलोमीटर असं आ चुके हैं जो दे रूम चो निकले हैं ये चो अद्धा सफर जोड़ा क्या डाउन हिल का ही सी हम आ गड्डी पता नहीं केड़ी है इदा दिया गड्डिया बहुत ने इत्थे ये महिंद्रा दी है ये कोई महिंद्रा का टोयोटा छोटी छोटी कारा ने महिंद्रा ने भी हजी कढ़ी है वर्दी बाज जड़ा हैगा वो तकरीबन सानू बिल्कुल जिथे फ्लैट एरिया ना उत्थे तक चला है ना वर्दी बाज चले 160 सी हुण 130 रह गया सारा ते 130 तो भी घट ही गया ज्यादा घट गया ते वर्दी बाज समझ लो कि सीधा फ्लैट एरिया सारे पहाड़ असीं क्रॉस कर जाने आ तां वो मेन डेस्टिनेशन होगी अपनी वर्दी बाज। दोबारा सूरज चढ़िया या ए लगता क्योंकि पिछे जिन्ना असं 15-20 किलोमीटर आए हाँ वो सारा पहाड़ा ना घिरया हुआ सी इदा लगता है जिमें कि शाम हो गई सूरज छुप गया पर इतों लगता कि नवा दिन फिर चल पाया। आ देखो सारा चानण ही चानण सूरज यह छुपया नहीं से पहाड़ा करके इतने नेरा लग रहा
मैं किसी का मेमना गुआच गया थे मम्मी मम्मी करता सी। रस्ते सानू सस्पेंशन ब्रिज नज़र आ रहा दो पिलर के उत्ते वायर लगा के सारे जने इत्थे फोटो खिचाते ने सोहना नज़ारा सरों ही सरों लगी पई है चारे पासे येलो ग्रीन येलो ग्रीन कितना सोहना लगता इत्थे खुशबू भी आ रही है। एक पासे बच्चे खेलते हेलो नेपाल च ना नूडल ने वाई है ना वाई वाई करके है ने सब तो वो चलते इतने मैगी मैं लगता इतने आँदी नहीं शायद देखी नहीं मैं आँदी होगी पर देखी नहीं तू तो खड़ा नहीं छड़ता हाँ जमी माड़ा कितने रुको सी ओ निकले होना इतने चल ठीक है कोई ना रुक खाना तेनू मैं इतों आके बहुत ही चढ़ाई बद गई यदि जी नदी छोटे छोटे नाल आँदी सी ना देखो किन्नी चौड़ी होगी रोड बहुत आलीशान बहुत घेंट लो रोड आ रोड साफ सीगा और सारी डाउनहिल सी जिन्ना भी सफर आ उस कह लो 60-70 किलोमीटर साढ़े डाउनहिल सी उन्हें सानू बेनीफिट दिता से 85 किलोमीटर तक आ गए सवेर के चले हुए तो बस 10 किलोमीटर होर जाके असी स्टॉप ला देना 5:30 का टाइम हो गया इतने सानू 85 किलोमीटर सवेर के चले हुए 5:30 इतने बच गए तो हम असी इतों अगे निकलीए 10 बज गए ने ते अज 10 ही तरीक आ ते असी पहुँच गए सी मुलकुट ते 90 किलोमीटर का सफ़र किया ते अज 70 मतलब 60-70 किलोमीटर तो तकरीबन डाउन हिल सी जिहदे नाल अज खिंचया गया साडा टाइम ते बड़ा वधिया रहा सफ़र ते रस्ते च इन्नी ज़्यादा मतलब कि ब्यूटी सी ना पहाड़ां दी उह बहुत घैंट लगदे सीगे उह तो बार बार रुकने जी करता ही रुक के कई फोटो भी खिंचिया उत्थे तो इदा करते करते असी इत्थे पहुँच गए तो रूम इत्थे ले लिया सीगा तो सवेरे इत्थों इत्थे एक ब्रिज हैगा बड़ा वधिया कहिंदे देखण वाला तो वह सवेरे 9 बजे इत्थों निकलांगे 9 बजे निकल के फिर अगे चाले पावांगे तो कल नूं किहड़ी जगह जाना वह तुहानूं सवेरे ही दसांगे संदौली कोल रुकांगे संदौली चलो जी हो गया क्लियर कल नु संदौली कोले रुकांगे जाके संदौली कोले जाके अपहिल खत्म हो जांदी है उत्थे तक खिच्चांगे हां सच्चा कल नु अपहिल साडी शुरू होनी है कल नु साडा ज्यादा टाइम अपहिल च ही लगूगा कढ़न वास्ते संदौली कोले जाके अपहिल हो जांदी है जीरो बिल्कुल उस तो अगे सारा फिर फ्लैट एरिया ही है कोई खास बड़ा हिल नहीं हैगा छोटे मोटे तो चलते रहेंगे तो ये ओवरऑल ਅੱਜਦਾ ਤੇ ਕੱਲ ਦੀ ਪਲਾਨਿੰਗ ਸਾਡੀ ਬਾਕੀ ਕੱਲ ਨੂੰ ਮਿਲਦੇ ਆ ਸਵੇਰੇ ਫਿਰ ਚੱਲਾਂਗੇ ਅਗਲੇ ਰੂਟ ਵੱਲ ਉਨੀ ਦੇਰ ਤੱਕ ਗੁੱਡ ਨਾਈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਮ ਇਜ਼ ਕਰਮਨ ਵਿਕਲੇ ਆਈ ਐਮ ਵਿਦ ਮਾਈ ਬਾਈਸਾਈਕਲ ਅਰਾਊਂਡ ਦ ਵਰਲਡ ਫਾਰ ਹਿਊਮਨ ਰਾਈਟਸ ਐਨੀਮਲ ਰਾਈਟਸ ਐਂਡ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਸੋ ਫਾਰ ਆਈ ਹੈਵ 57,000 ਕਿਲੋਮੀਟਰਸ ਐਂਡ 36 countries. Currently I'm in Tanzania in Africa and on my way I support people who are working for human rights, animal rights and environmental protection. So I'm very happy that my friend Jatinder Singh is cycling with his friend Jatinder Singh around the world for organ donation and I'm very happy that they are doing this to give a little bit awareness to this topic because this is very important that we help each other everywhere so when we are dead we don't need our organs enough so we can give them to the next person very simple so good luck enjoy your tour and yeah this will be very successful okay ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਮਾਰਨਿੰਗ ਜ਼ਿਆਦਾਤਰ ਲੋਕ ਆਪਣੇ ਬਾਰੇ ਜਾਂ ਆਪਣੇ ਪਰਿਵਾਰ ਬਾਰੇ ਸੋਚਦੇ ਆ ਥੋੜ੍ਹੇ ਜਿਹੇ ਲੋਕ ਹੁੰਦੇ ਆ ਜਿਹੜੇ ਸਰਬੱਤ ਦੇ ਭਲੇ ਬਾਰੇ ਗੱਲ ਕਰਦੇ ਆ ਸੋ ਉਹਨਾਂ 'ਚੋਂ ਦੋ ਦੋਸਤ ਲੁਧਿਆਣੇ ਤੋਂ ਜਿਨ੍ਹਾਂ 'ਚੋਂ ਇੱਕ ਦਾ ਨਾਮ ਹੈ ਜਤਿੰਦਰ ਸਿੰਘ
ਤੇ ਦੂਜੇ ਦਾ ਨਾਮ ਵੀ ਜਤਿੰਦਰ ਸਿੰਘ ਹੀ ਹੈ। ਸੋ ਦੋਨੋਂ ਜਾਣੇ ਵਰਲਡ ਟੂਰ ਦੇ ਉੱਤੇ ਨਿਕਲੇ ਆ ਤੇ ਵਾਹਨ ਉਹਨਾਂ ਨੇ ਚੁਣਿਆ ਸਾਈਕਲ। ਸਾਈਕਲ ਤੇ ਪੂਰੇ ਵਰਲਡ ਦਾ ਟੂਰ ਲਗਾਉਣ ਵਾਸਤੇ ਉਹ ਸ਼ੁਰੂ ਹੋ ਗਏ ਆ ਤੇ ਉਹਨਾਂ ਦਾ ਮਿਸ਼ਨ ਕੀ ਹੈ? ਔਰਗਨ ਡੋਨੇਸ਼ਨ। ਉਹ ਆਪਾਂ ਕੀ ਗੱਲ ਕਰਦੇ ਹਾਂ ਕਿ ਆਪਾਂ ਸਾਰੇ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਇੱਕ ਦੂਜੇ ਦੀ ਮਦਦ ਕਰਦੇ ਹਾਂ, ਇੱਕ ਦੂਜੇ ਦੇ ਕੰਮ ਆਉਂਦੇ ਹਾਂ, ਪਰ ਉਹਨਾਂ ਨੇ ਦੱਸਿਆ ਕਿ ਆਪਾਂ ਮਰਨ ਤੋਂ ਬਾਅਦ ਵੀ ਘੱਟੋ ਘੱਟ 8 ਬੰਦਿਆਂ ਦੀ ਜਿਹੜੀ ਜ਼ਿੰਦਗੀ ਆ ਉਹ ਬਚਾ ਸਕਦੇ ਹਾਂ। ਆਪਣੇ ਜਿਹੜੇ ਔਰਗਨਸ ਨੇ ਉਹ 8 ਅਲੱਗ ਅਲੱਗ ਲੋਕਾਂ ਦੇ ਬੋਡੀ ਦੇ ਵਿੱਚ ਕੰਮ ਕਰ ਸਕਦੇ ਆ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਸਕਦੇ ਆ। ਸੋ ਆਪਾਂ ਇਸ ਮਿਸ਼ਨ ਨੂੰ ਹੋਰ ਅੱਗੇ ਵਧਾਈਏ। ਉਹਦੇ 'ਚ ਇਕੱਲੀ ਤੁਹਾਡੀ ਸਹਿਮਤੀ ਨਹੀਂ, ਤੁਹਾਡੇ ਪੂਰੇ ਪਰਿਵਾਰ ਦੀ ਸਹਿਮਤੀ ਚਾਹੀਦੀ ਹੁੰਦੀ ਹੈ। ਸੋ ਵਧੇਰੇ ਜਾਣਕਾਰੀ ਆਪਾਂ ਜਤਿੰਦਰ ਜੀ ਹੁਣਾਂ ਤੋਂ ਲੈ ਸਕਦੇ ਹਾਂ। ਜ਼ਿੰਦਗੀ ਜ਼ਿੰਦਾਬਾਦ ਆ ਜੀ, ਖੁਸ਼ ਰਹੋ, ਆਬਾਦ ਰਹੋ, ਲਵ ਯੂ ਆਲ, ਵਿਸ਼ ਯੂ ਹੈਲਥ ਐਂਡ ਹੈਪੀਨੈਸ।